ਜੇ ਆਪਾਂ ਮਾਡਰਨ ਦੀ ਗੱਲ ਕਰੀਏ ਤਾਂ ਅਸੀਂ ਤਾਂ 1980 ਚ ਕੈਨੇਡਾ ਆ ਗਏ ਸੀ ਦੋਨੋਂ ਭਰਾ। ਅੱਛਾ। ਹੈ ਨਾ ਜੀ, ਇੱਥੇ ਪੜ੍ਹੇ ਲਿਖੇ, ਇੱਥੇ ਯੂਨੀਵਰਸਿਟੀ 'ਚ ਸਟੱਡੀ ਕੀਤੀ। ਬਟ ਮੈਨੂੰ ਇਹ ਲੱਗਦਾ ਕਿ ਜਿਹੜੀ ਤੁਹਾਡੀ ਪਹਿਚਾਣ ਹੈਗੀ, ਜਿੱਥੇ ਇਹ ਕੁਦਰਤ ਨੇ ਤੁਹਾਨੂੰ, ਜੇ ਉਹ ਚਾਹੁੰਦੀ ਤਾਂ ਉਹ ਤੁਹਾਨੂੰ ਕੈਨੇਡਾ ਵੀ ਜਨਮ ਦੇ ਸਕਦੀ ਸੀ, ਤੁਹਾਨੂੰ ਅਮਰੀਕਾ ਕਾਲੇ ਗੋਰਿਆਂ ਦੇ ਘਰ ਵੀ ਜਨਮ ਦੇ ਸਕਦੀ ਸੀ, ਤਾਂ ਉਹਨਾਂ ਨੇ ਤੁਹਾਨੂੰ ਜਨਮ ਜਿਹੜਾ ਤੁਹਾਨੂੰ ਪੰਜਾਬ 'ਚ ਦਿੱਤਾ ਜਾਂ ਪੰਜਾਬੀਆਂ ਦੇ ਘਰ ਦਿੱਤਾ। ਅਤੇ ਇਹਦਾ ਮਤਲਬ ਇਹ ਆ ਕਿ ਤੁਹਾਡੀ ਡਿਊਟੀ ਹੈ ਕਿ ਤੁਸੀਂ ਉਹ ਕਲਚਰ, ਉਹ ਖਿੱਤੇ, ਉਹ ਰਹਿਣੀ ਸਹਿਣੀ ਜਿਹਾ ਹੈ, ਉਹਨੂੰ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕਰੋ।